ਤੁਸੀਂ ਜ਼ਰੂਰ ਐਪਰੀਸ਼ੀਏਟ ਕਰੋ। ਨਿਮਾਣਾ ਜਿਹਾ ਇੱਕ ਉਪਰਾਲਾ ਕੀਤਾ ਸੀ ਕਿ ਇਹਨਾਂ ਸਿੱਖਿਆਰਥੀਆਂ ਨੂੰ ਕੁਝ ਸਿਖਾਇਆ ਜਾਵੇ। ਸਿਖਾਉਣ ਵਾਲਾ ਕੌਣ ਹੈ? ਜਿਸ ਦਿਨ ਅਸੀਂ ਇਸ ਅਰਦਾਸ ਕਰਕੇ ਸ਼ੁਰੂ ਕੀਤਾ ਅਤੇ ਹੁਕਮਨਾਮਾ ਆਇਆ ਸੀ, ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ ਗੁਰੂ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਬਿਖ ਦੁੱਖ ਉਧਰੇ ਗੁਰੂ ਨਾਮ ਦੀਓ ਰਿਣ ਲਾਥਾ। ਸੋ ਆਪਣਾ ਰਿਣ ਉਤਾਰਨ ਦੇ ਲਈ ਉਸ ਦੇ ਚਰਨ ਪਰਸਨ ਦੇ ਲਈ ਅਸੀਂ ਸਾਰੇ ਇਕੱਤਰ ਹੋਏ ਸੀ। ਤੁਸੀਂ 2 ਮਿੰਟ 'ਚ ਤੁਸੀਂ ਸਾਰੇ ਸ਼ਬਦ ਨਹੀਂ ਸੁਣ ਸਕਦੇ, ਇੱਥੇ ਇਹਨਾਂ ਨੇ 2.5 ਘੰਟੇ ਦੀ ਪਰਫਾਰਮੈਂਸ ਦੇਣੀ ਹੈ। ਮੈਨੂੰ ਪਤਾ ਹੈ ਸਾਰੀ ਸੰਗਤ ਨੇ ਥੱਲੇ ਬਹੁਤ ਲੰਗਰ ਦੀ ਸੇਵਾ ਹੋਈ ਹੈ, ਸੰਸਰਾ ਪਰਿਵਾਰ ਨੇ ਕੀਤਾ, ਤੁਸੀਂ ਉਹ ਵੀ ਛਕਣਾ ਅਤੇ ਸਭ ਨੇ ਚਲੇ ਵੀ ਜਾਣਾ, ਜਲਦੀ ਵੀ ਬਹੁਤ ਹੁੰਦੀ ਹੈ। ਸੋ ਸਿਰਫ 2 ਮਿੰਟ ਤਾਂ ਸਾਨੂੰ ਦੇਣਾ, ਤੁਹਾਨੂੰ ਇੱਕ ਦਰਸ਼ਨ ਕਰਾਉਣੇ ਨੇ ਜਿਨ੍ਹਾਂ ਨੇ ਇਹ ਸਾਰਾ ਉੱਦਮ ਕੀਤਾ। ਤੋ ਇਹ ਵਰਕਸ਼ਾਪ ਜਿਹੜਾ ਅਸੀਂ ਕੀਤਾ, ਵਰਕਸ਼ਾਪ ਨਹੀਂ, ਗੁਰਮਤਿ ਸੰਗੀਤ ਸ਼ਬਦ ਕੀਰਤਨ, ਗੁਰਮਤਿ ਸੰਗੀਤ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਹੈ, ਉਸ ਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ, ਰਾਗਾਂ 'ਤੇ ਆਧਾਰਿਤ ਹੈ। ਔਰ ਉਹਦੇ ਵਿੱਚ ਅਸੀਂ ਸਾਰੇ ਇਹਨਾਂ ਨੇ ਸ਼ਬਦ ਸਿੱਖੇ ਨੇ, ਗੁਰੂ ਦੇ ਰਾਗ ਸਿੱਖੇ ਨੇ। ਜੋ ਕੀਰਤਨੀਆਂ ਵੀ ਨਹੀਂ ਕਰਦੇ ਉਹ ਇਹਨਾਂ ਨੇ ਕੀਤਾ। ਕੱਲ੍ਹ ਸ਼ਾਮ ਤੱਕ ਸਾਡੇ ਭੈਣ ਜੀ ਗਿਆਨ ਕੌਰ ਜੀ ਨੇ ਬੜੇ ਤਨਦੇਹੀ ਦੇ ਨਾਲ, ਬੜੇ ਉਹਦੇ ਨਾਲ ਰਾਮਕਲੀ ਦੇ ਵਿੱਚ ਆਨੰਦ ਸਾਹਿਬ ਸਿੱਖਿਆ, ਤਾਂ ਕਿ ਸਾਰੀ ਸੰਗਤ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਦਾ ਗਾਇਨ ਕਰੇ, ਕਿਉਂਕਿ ਰਾਮਕਲੀ ਰਾਗ ਅਸੀਂ ਪੜ੍ਹਦੇ ਹਾਂ ਅਤੇ ਉਦੋਂ ਬਾਅਦ ਅਸੀਂ ਗਾਣਾ ਅਸੀਂ ਹੋਰ ਹੀ ਕੁਛ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਇਹਨਾਂ ਦੀ ਲਗਨ ਹੈ। ਤੋ ਮੈਂ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਾਉਂਦਾ। ਸਭ ਤੋਂ ਪਹਿਲਾਂ ਸਾਡਾ ਲਿਟਲ ਸਟਾਰ, ਲਿਟਲ ਸਿੱਖ ਏਂਜਲ ਜਿਹੜਾ ਹੈ ਉਹ ਹੈ ਰਣਵੀਰ ਸਿੰਘ। ਰਣਵੀਰ ਸਿੰਘ ਜੀ ਆਓ, ਮੱਥਾ ਟੇਕੋ। ਇਹਨਾਂ ਨੇ ਸ਼ਬਦ ਗਾਇਨ ਕਰਨਾ, ਮੱਥਾ ਟੇਕੋ ਉੱਥੇ। ਇਹਨਾਂ ਲਈ ਜੈਕਾਰਾ ਜੀ, ਇੱਥੇ ਮੱਥਾ ਟੇਕਣਗੇ। ਹਰਜਾਪ ਸਿੰਘ ਜੀ, ਆਹ ਦੇਖੋ ਸਾਡਾ ਉਦੋਂ ਅਗਲਾ ਸਟਾਰ ਹੈ, ਉਦੋਂ ਨੂੰ ਸੰਗਤ ਵੱਲ ਫਤਿਹ ਬੁਲਾ ਦੇ ਬੇਟਾ, ਸੰਗਤ ਵੱਲ ਮੂੰਹ ਕਰਕੇ ਫਤਿਹ ਬੁਲਾ, ਉਧਰ ਸੰਗਤ ਵੱਲ। ਵਾਹਿਗੁਰੂ ਜੀ ਕਾ ਖਾਲਸਾ ਕਰ ਦੇ। ਆ ਜਾ ਬੇਟਾ ਇੱਧਰ ਆ ਜਾ, ਉਹਨੂੰ ਫੜ ਕੇ ਨਾਲ ਬਿਠਾ ਦੇ। ਇਹ ਦੋਵਾਂ ਨੇ ਸ਼ਬਦ ਗਾਇਨ ਕਰਨਾ ਹੈ। ਉਸ ਤੋਂ ਬਾਅਦ ਅੱਗੇ ਸਾਡੇ ਹੈਗੇ ਨੇ ਕਰਨਵੀਰ ਸਿੰਘ, ਇਹ ਸਾਡੇ ਇੱਕ ਸਟਾਰ ਨੇ, ਅੰਦਰ ਆਓ ਬੇਟਾ। ਉਸ ਤੋਂ ਅੱਗੇ ਪ੍ਰਭਦੇਨ ਸਿੰਘ, ਉਸ ਤੋਂ ਅੱਗੇ ਨਮਨਪ੍ਰੀਤ ਸਿੰਘ, ਆਓ। ਆਹ ਦੇਖੋ ਇਹਨਾਂ ਬਚਪਨ ਬੇਟਾ, ਜੇ ਤੁਹਾਡੀ ਜੀ ਵਾਰੀ ਜੇ ਆਉਣੀ ਹੈ, ਤੁਸੀਂ ਤਾਂ ਬਸ ਤੁਹਾਡੇ ਦਰਸ਼ਨ ਹੀ ਕਰਵਾਉਣੇ ਸੀ ਸੰਗਤ ਨੂੰ। ਜਾਓ ਹੁਣ ਬੈਠੋ। ਹੁਣ ਇਸ ਤੋਂ ਅੱਗੇ ਤੁਸੀਂ ਵੇਖੋਗੇ ਵੀਰ ਸਿੰਘ ਜੀ। ਅੱਛੇ ਟੀਚਰ ਨੂੰ ਆਪਣੇ ਸਟੂਡੈਂਟਸ ਦੇ ਨਾਮ ਯਾਦ ਹੁੰਦੇ ਨੇ, ਮੈਨੂੰ ਵੀ ਐਪਰੀਸ਼ੀਏਟ ਕਰੋ। ਔਰ ਪ੍ਰਤਾਪ ਸਿੰਘ ਜੀ, ਪ੍ਰਤਾਪ ਸਿੰਘ ਜੀ, ਪ੍ਰਤਾਪ ਸਿੰਘ ਜੀ ਫਤਿਹ ਬੁਲਾਓ, ਸਾਰੀ ਸੰਗਤ ਨਾਲ ਆਪਣੀ ਫਤਿਹ ਸਾਂਝ ਕਰੋ। ਔਰ ਬੀਬਾ ਜੀ ਤੁਹਾਡਾ ਨਾਮ ਕੀ ਹੈ? ਸਭ ਨੂੰ ਦੱਸੋ, ਉੱਠ ਕੇ ਫਤਿਹ ਬੁਲਾਓ, ਆਪਣਾ ਨਾਮ ਵੀ ਦੱਸੋ। ਇੱਕ ਹੋਰ ਮੇਰਾ ਵਿਦਿਆਰਥੀ ਸਵੇਰੇ ਰੁੱਸ ਗਿਆ ਸੀ, ਉਹ ਹੁਣ ਮੋਬਾਈਲ ਦੇ ਉੱਤੇ ਸਭ ਦੀ ਫੋਟੋ ਖਿੱਚ ਰਿਹਾ ਅਤੇ ਉਹਨੂੰ ਉਹ ਵੀ ਖੜਾ ਹੋ ਕੇ ਸਾਰਿਆਂ ਨੂੰ ਦਰਸ਼ਨ ਦੇਵੇਗਾ, ਨਾਲੇ ਆਪਣਾ ਨਾਮ ਦੱਸੇ। ਕੀ ਨਾਮ ਹੈ ਇਹਦਾ? ਹੈ ਮੈਨੂੰ ਸੁਣਿਆ ਹੀ ਨਹੀਂ, ਉੱਠ ਕੇ ਜਾ, ਉੱਠ ਕੇ ਦੱਸੇਗਾ, ਫਤਿਹ ਬੁਲਾਏਗਾ, ਇੱਕ ਜੈਕਾਰਾ ਬੁਲਾਏਗਾ ਨਾਲੇ। ਕੀ ਨਾਮ ਹੈ? ਜੈਕਾਰਾ ਨਹੀਂ ਤੁਹਾਨੂੰ ਆਉਂਦਾ ਬੁਲਾਉਣਾ, ਬੋਲੇ ਸੋਨਿਹਾਲ, ਬੁਲਾ ਦਿਓ, ਬੁਲਾਓ। ਸਾਡੇ ਕੋਲੋਂ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਸੀਨੀਅਰ ਸੀ ਉਹਨਾਂ ਨੇ ਸਿੱਖੇ ਨੇ, ਮੈਂ ਬੇਨਤੀ ਕਰਾਂਗਾ, ਇੱਥੇ ਸ਼ਾਇਦ ਪਹੁੰਚ ਗਏ ਨੇ। ਜਤਿੰਦਰ ਜੀ ਪਹੁੰਚ ਗਏ, ਕਮਲਜੀਤ ਜੀ, ਚਲੋ ਮੈਂ ਨਾਮ ਬੋਲਣੇ ਸ਼ੁਰੂ ਕਰਦਾ। ਸਤਵਿੰਦਰ ਬਿੱਟੀ ਜੀ, ਇਹਨਾਂ ਨੇ ਸ਼ਬਦ ਕੀਰਤਨ ਸਿੱਖਿਆ ਰਾਗ
ਦੇਵਗੰਧਾਰੀ ਰਾਗ ਦੇਵਗੰਧਾਰੀ ਕੀਰਤਨੀਆਂ ਵੀ ਨਹੀਂ ਗਾਉਂਦੇ। ਔਰ ਉਸ ਦੇ ਵਿੱਚ ਬੀਬੀ ਗਿਆਨ ਕੌਰ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ, ਉਹ ਸ਼ਾਇਦ ਉਹਨਾਂ ਨੂੰ ਬੁਲਾਉਣ ਗਏ ਨੇ। ਔਰ ਇਸੇ ਤਰ੍ਹਾਂ ਹੀ ਭੈਣ ਜੀ ਅਵਿਨਾਸ਼ ਕੌਰ ਜੀ, ਉਹਨਾਂ ਦੇ ਭੈਣ ਜੀ ਹਾਂਜੀ ਦਰਸ਼ਨ ਦਿਓ। ਵਾਹਿਗੁਰੂ ਜੀ ਕੀ ਫਤਿਹ। ਕਮਲਜੀਤ ਕੌਰ ਜੀ ਔਰ ਸਾਡੇ ਮੁੱਖ ਆਰਗੇਨਾਈਜ਼ਰ ਪਿੰਕੀ ਜੀ ਨਹੀਂ ਆਏ, ਇਹ ਸਾਰੇ ਲੋਕ ਨੇ। ਜਿਹੜਾ ਕੋਈ ਰਹਿ ਗਿਆ ਉਹ ਆਪਣੇ ਆਪ ਹੀ ਦਰਸ਼ਨ ਦੇ ਦਿਓ ਜਿਨ੍ਹਾਂ ਨੇ ਸ਼ਬਦ ਕੀਰਤਨ ਸਿੱਖਿਆ, ਤਾਂ ਕਿ ਇਹਨਾਂ ਨੂੰ ਤੁਸੀਂ ਇਹਨਾਂ ਸਾਰਿਆਂ ਦੇ ਨਾਮ ਦਾ ਇੱਕ ਜੈਕਾਰਾ। ਇਸ ਤੋਂ ਬਾਅਦ ਸਾਡੇ ਕੀਰਤਨ ਤੋਂ ਬਾਅਦ ਅਸੀਂ ਸਿਰਫ ਇੱਕ ਸ਼ਬਦ ਦਾ ਗਾਇਨ ਕਰਾਂਗੇ। ਤੁਸੀਂ ਸਾਰਿਆਂ ਨੇ ਸਾਨੂੰ ਸੀਸ ਦੇਣੀ, ਜਿਸ ਪ੍ਰਥਾ ਹੈ ਅੱਜ ਦੇ ਦੀਵਾਨ ਨੇ ਇਹ ਵੀ ਬਹੁਤ ਘੱਟ ਹੁੰਦਾ। ਦੇਖੋ ਨਵੀਆਂ ਟਰੈਡੀਸ਼ਨ ਸਾਨੂੰ ਪਾਉਣੀਆਂ ਚਾਹੀਦੀਆਂ ਨੇ ਆਪਣੇ ਲਈ। ਜੋ ਮੰਗਦਾ ਠਾਕੁਰ ਕਰਨਾ ਸਾਰੇ ਕਰਦੇ ਨੇ ਕਿ ਮੇਰੀਆਂ ਇੱਛਾਵਾਂ ਪੂਰੀਆਂ ਹੋ ਜਾਣ, ਸੁੱਖ ਸੰਪਤੀ ਹੋਵੇ, ਪਰ ਸਮੁੱਚੀ ਕਾਇਨਾਤ ਦੇ ਲਈ, ਸ੍ਰਿਸ਼ਟੀ ਦੇ ਲਈ, ਸਾਰੇ ਕੰਟਰੀਜ਼ ਲਈ, ਸਾਰੀਆਂ ਰੇਸਿਸ ਦੇ ਲਈ ਸਰਬੱਤ ਦਾ ਭਲਾ ਜਿਹੜਾ ਸਹੀ ਮਾਨਿਆਂ 'ਚ ਸਿੱਖਇਜ਼ਮ ਨੇ ਮੰਗਿਆ ਸੀ, ਉਹ ਅੱਜ ਦੇ ਇਸ ਅਖੰਡ ਪਾਠ ਸਾਹਿਬ ਦੀ ਜੋ ਸੀ ਪਰਪਸ ਸੀ। ਔਰ ਇਹ ਪਰਿਵਾਰ ਬੜੇ ਇਸ ਗੱਲ ਲਈ ਖੁਸ਼ਕਿਸਮਤ ਨੇ, ਉਹਨਾਂ ਨੇ ਬਹੁਤ ਸੇਵਾ ਕੀਤੀ ਹੈ 3 ਦਿਨ। ਔਰ ਨਰਿੰਦਰ ਸਿੰਘ ਜੀ ਸਮੂਹ ਪਰਿਵਾਰ, ਵੀਨਸ ਭਸੀਨ ਜੀ ਆਪ ਖੁਦ ਹੁਣ ਤੱਕ ਲੰਗਰ ਵਿੱਚ ਲੱਗੇ ਹੋਏ ਸੀ, ਗੁਰਮੀਤ ਸਿੰਘ ਜੀ ਸਮੂਹ ਪਰਿਵਾਰ, ਸਹੰਸਰਾ ਪਰਿਵਾਰ, ਇਹ ਸਾਰਿਆਂ ਨੇ ਸਰਬੱਤ ਦੇ ਭਲੇ ਲਈ, ਸਰਬੱਤ ਦਾ ਭਲਾ ਲੋਚਣਾ ਹਰ ਸਿੱਖ ਦਾ ਕੰਮ ਹੈ। ਤੋ ਆਓ ਬਿਨਾਂ ਕਿਸੇ ਦੇਰੀ ਤੋਂ ਆਪਾਂ 2 ਸ਼ਬਦਾਂ ਦਾ ਗਾਇਨ ਕਰੀਏ, ਜਲੰਧੇ ਜਗਤ ਨੂੰ ਉਤਾਰਨ ਦੇ ਲਈ ਸਤਿਗੁਰੂ ਅੱਗੇ ਅਰਦਾਸ ਕਰੀਏ। ਔਰ ਜੋ ਸਾਰਾ ਕੁਝ ਵਾਪਰ ਰਿਹਾ, ਜੋ ਇਹ ਬੰਦਾ ਸ੍ਰਿਸ਼ਟੀ ਨਾਲ ਕਰ ਰਿਹਾ, ਗਲੋਬਲ ਵਾਰਮਿੰਗ ਹੋ ਰਹੀ ਹੈ, ਇਹ ਸ਼ਬਦ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗੇਗਾ। ਔਰ ਅਗਰ ਕੋਈ ਦੁਨੀਆਂ ਦੇ ਵਿੱਚ ਤੁਸੀਂ ਕੋਈ ਹਿਊਮੈਨਿਟੀ ਨੂੰ ਕੋਈ ਯੂਨੀਵਰਸਲ ਐਂਥਮ ਦੇਣਾ ਚਾਹੁੰਦੇ ਹੋ, ਸ਼ਬਦ ਦੇਣਾ ਚਾਹੁੰਦੇ ਹੋ, ਹੋਲੀ ਕੋਈ ਵਰਡ ਦੇਣਾ ਚਾਹੁੰਦੇ ਹੋ, ਤਾਂ ਮੈਨੂੰ ਲੱਗਦਾ ਕਿ ਇਸ ਸ਼ਬਦ ਤੋਂ ਉੱਤੇ ਤੁਹਾਨੂੰ ਕੋਈ ਰਚਨਾ ਨਹੀਂ ਮਿਲੇਗੀ। ਪੰਚਮ ਪਾਤਸ਼ਾਹ ਦੀ ਰਚਨਾ ਹੈ, ਆਪਾਂ ਇਸ ਦਾ ਗਾਇਨ ਕਰਾਂਗੇ ਸਾਰੇ ਰਲ ਕੇ। ਔਰ ਸਾਰੀ ਸ੍ਰਿਸ਼ਟੀ ਦੇ ਲਈ, ਸਾਰੀ ਕਾਇਨਾਤ ਲਈ, ਸਾਰੇ ਲੋਕਾਂ ਲਈ, ਸਾਰੇ ਦੇਸ਼ਾਂ ਲਈ, ਸਾਰੀਆਂ ਰੇਸਿਸ ਦੇ ਲਈ ਆਪਾਂ ਸਰਬੱਤ ਦਾ ਭਲਾ ਮੰਗਾਂਗੇ। ਜੋ ਗੁਰਬਾਣੀ ਸਾਨੂੰ ਸਿਖਾਉਂਦੀ ਹੈ, ਜੋ ਸਾਨੂੰ ਸਿੱਖ ਲੋਕਾਂ ਨੂੰ ਸਿਖਾਉਂਦੀ ਹੈ, ਔਰ ਥਾਂ ਥਾਂ 'ਤੇ ਜਾ ਕੇ ਸਿੱਖ ਲੋਕ ਜੋ ਸੇਵਾ ਕਰਦੇ ਨੇ, ਆਪਣੇ ਆਪ ਨੂੰ ਵੀ ਐਪਰੀਸ਼ੀਏਟ ਕਰੀਏ ਔਰ ਗੁਰੂ ਦੀ ਵੀ ਅਸੀਸ ਲਈਏ। ਆਓ ਗਾਇਨ ਕਰੀਏ ਰਲ ਕੇ।
ਆਪਣੇ ਕੋਠੇ ਲਈ ਸਾਰੇ ਦਾਣੇ ਮੰਗਦੇ ਨੇ, ਪਰ ਗੁਰਬਾਣੀ ਸਾਰੀ ਸ੍ਰਿਸ਼ਟੀ ਲਈ ਅੰਨ ਪਾਣੀ। ਔਰ ਕਿੰਨੀ ਸਕੇਰਸਿਟੀ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਸਾਰੀ ਦੁਨੀਆਂ 'ਚ ਇਹ ਗੁਰਬਾਣੀ ਮੰਗ ਰਹੀ ਹੈ।
ਸੋ ਅਸੀਂ ਆਪਣਾ ਸਾਰਾ ਸਮਾਂ ਇਹਨਾਂ ਬੱਚਿਆਂ ਨੂੰ ਦਿੰਦੇ ਹਾਂ ਆਉਣ ਅਤੇ ਤੁਹਾਨੂੰ ਆ ਕੇ ਆਪਣੇ ਕੀਰਤਨ ਨਾਲ ਕਿਰਤਾਰਤ ਕਰਨ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਤਿੰਦਰ ਕੌਰ ਜੀ ਔਰ ਕਮਲਜੀਤ ਕੌਰ ਜੀ ਆਉਣ ਅਤੇ ਸਿਮਰਨ ਨਾਲ ਸੰਗਤਾਂ ਨੂੰ ਨਿਹਾਲ ਕਰਨ, ਇਹ ਸਿਮਰਨ ਕਰਨਗੇ ਔਰ ਉਸ ਤੋਂ ਬਾਅਦ ਫਿਰ ਸਾਰੇ ਹੀ ਆਪੋ ਆਪਣੀ ਟਰਨ ਵਾਈਜ਼ ਅਸੀਂ ਪ੍ਰੋਗਰਾਮ ਸ਼ੁਰੂ ਕਰਾਂਗੇ। ਰਣਵੀਰ ਸਿੰਘ ਜੀ ਤਿਆਰ ਰਹਿਣ, ਉਹਨਾਂ